बापू गाला कढ़न दिया मामा पठे पौने पैने बापू आजा मारे छेती कर चल चल यार इना होए मैनू तेरे नाल पठे पौने पैने रब ने साडे लई खुला छड्डिया न्याय साडे कर्मा जी आ किधर चलिया मारिया मखण नहीं नहीं जाना कि भरावा चा जा पूरा करके हुणे गड्डी अंदर डक देनी आ नाले भरावा तेल नूं ते अग लगी आ तेल तो सौ उपड़िया पिया वैसे पता तड़क जूसो जे एक बूंद भी रहेगी ना गड्डी च तुम ओ भी बस पांग स्कूटर नूं टेढ़ी कर कर वो भी दो चार किलोमीटर घड़ी ही लेनी है तैनू भुलेखा ही फिर साडे बारे साडे वड वडेरिया ने खड़े खलोते जहाज खरीद ले ही वो भी लड़ाकू भरावा जानदा मैं तुहाडे वड वडेरिया नूं साडे वड वडेरे दसदे ਪਈ ਇਹਨਾਂ ਦੇ ਕਿਸੇ ਬਜ਼ੁਰਗ ਦੀ ਸ਼ਕਲ ਲੜਾਕੂ ਜਹਾਜ਼ ਨਾਲ ਮਿਲਦੀ ਸੀ ਉਹਦੇ ਲੜਦਾ ਨਾ ਪਿੰਡ 'ਚ ਐਂ ਕਰਕੇ ਸਿਰ ਮਾਰਦਾ ਲੜਾਕੂ ਜਹਾਜ਼ ਨੂੰ ਉਹ ਤੈਨੂੰ ਦੱਸਾਂ ਇਹਨਾਂ ਦਾ ਲੜਾਕੂ ਜਹਾਜ਼ ਨਾ ਪੌੜੀ ਲਾ ਕੇ ਨਾ ਇਹਦੇ ਕੋਠੇ 'ਚ ਚੜ ਗਿਆ ਉਡਾਣ ਭਰਨੇ ਚੱਕਰ ਜਿਹੜਾ ਰੂੜੀਆਂ ਦੇ ਕਰੈਸ਼ ਹੋ ਗਿਆ ਉਹ ਤੂੰ ਟੱਕਿਆ ਰਹਿ ਜਾਣਦਾ ਮੈਂ ਤੁਹਾਡੇ ਵੱਡੇ ਦੇ ਬਾਰੇ ਵੀ ਕਿੱਥੇ ਜਾਣਦਾ ਸਾਡੇ ਬਾਰੇ ਸਾਡੇ ਬਜ਼ੁਰਗਾਂ ਤੋਂ ਮਾਰੂ ਹਥਿਆਰ ਹੁੰਦੇ ਸੀ ਬੜੇ ਤਗੜੇ ਤਗੜੇ मैं दादा इन्हां दे मारू हथियारां बारे इन्हां ने ना पिंड च रौला पाता साडे तो जंगी हथियार आ ते सारा पिंड इकट्ठा हो के आ गया इन्हां दे जंगी हथियार वेख के आउंदे आ बल्ले बल्ले बड़ा इकट्ठ होया ते जदों जाके पिंड वाले ने वेखिया इन्हां दे साइकल अगे छुरी लवाई हैं सच्ची ओए इन्हां दी गल सुन ला इन्हां दा बजुर्ग कहिंदा मैं बाहर नहीं देख जाणा एक पिंड चो किसी ने दसिया भले मास ने भी उत्थे सत समुंदर पैंदे राज ते इहना दा बजुर्ग पता ना सूए दे एक पासे पोल तो ना मारी चुभी उहने दूजे पासे निकल गया तां नूं अपने अर्गा ही लगदा चल बस कर भरावा जान दे हुण बस कर चंगा यार मैनूं काम आ मैं अपना काम नबेड़ना पहलां ठीक है होर इक गल होर इहदा तेल पाणी चेक कर लिया करो ਕੀ ਪਤਾ ਮਸ਼ੀਨੀ ਦੇ ਤਾਂ ਕਿੱਥੇ ਧੋਖਾ ਦੇ ਜੇ ਚੱਲ ਫਿਰ ਬਹਿ ਗਈ ਬੀੜਾ ਫੇਰ ਜਾਂਦੇ ਜਾਂਦੇ ਦਾ ਉਹ ਚੱਲ ਕੋਈ ਨਹੀਂ ਲੈ ਰੱਬ ਦਾ ਨਾਂ ਚੱਲੀਏ ਉਹ ਇਹਨੂੰ ਕੀ ਹੋ ਗਿਆ ਉਹ ਬਹਿ ਗਈ ਨਾਇ ਦਾ ਬੀੜਾ ਤੇ ਹੋਰ ਕੀ ਆ ਸਵੇਰੇ ਸਵੇਰੇ ਟੱਕਰਿਆ ਸੀ ਉਹ ਹੈਲੋ ਕਿੱਥੇ ਆ ਉਹ ਮਿਸਤਰੀ ਨੂੰ ਯਾਰ ਲੈ ਕੇ ਆਈ ਆਈ ਜਾਣਾ ਹੀ ਕਿਤੇ ਲੇਟ ਹੁੰਦਾ ਹੀ ਗੱਡੀ ਖਰਾਬ ਹੋ ਗਈ ਉਹ ਵੇਖ ਉਹਨਾਂ ਨੂੰ ਹੁੰਦੇ ਕਿ ਨਹੀਂ ਸਾਰਾ ਜ਼ੋਰ ਲਵਾਤਾ ਭਾਵੇਂ ਦੁਪਹਿਰੇ ਲੇਟ ਹੁੰਦੇ ਆ ਘਰੋਂ ਕਿੱਦਾਂ ਆਉਂਦੇ ਆ ਕੀ ਚੱਕਰ ਪੈ ਗਿਆ ਜੋ ਇਹਨੂੰ ਲੈ ਆ ਮਕੈਨਿਕ ਉਹ ਇਹ ਕਿਹੜਾ ਨਾਲ ਦੀ ਜਿਹੜਾ ਰੁੱਸ ਕੇ ਬਹਿ ਗਈ ਆ ਖਰਾਬ ਹੋ ਗਈ ਆ ਛੱਡ ਇਹਨੂੰ ਇਹਦੇ ਮਿਸਤਰੀ ਨੇ ਠੀਕ ਕਰ ਲੈਣੀ ਆਹ ਵੇਖ ਮੈਂ ਫੋਨ ਨਵਾਂ ਲਿਆਂਦਾ ਨਵਾਂ ਲੈ ਕੇ ਆ ਹੋਰ ਅੱਜ ਹੀ ਪੈਸੇ ਖਰਚੇ ਹੀ ਕਿੰਨੇ ਦਾ ਆ ਗਿਆ ਭਾਊਏ ਇਹ ਆ ਗਿਆ 18 20 ਹਜ਼ਾਰ ਦਾ ਓਏ ਬਾਪੂ ਕਹਿੰਦਾ ਇਹ ਪੈਨਸ਼ਨ ਆਈ ਆ ਹਾਂ ਬਾਪੂ ਪੈਨਸ਼ਨ ਕਿਸੇ ਚੰਗੇ ਕੰਮ ਤੇ ਲਾ ਦਈਏ ਫੋਨ ਵੀ ਖਰਾਬ ਹੋਇਆ ਨਵਾਂ ਲੈ ਲਈਏ ਆ ਲਾ ਕੰਮ ਚੰਗਾ ਕੀਤਾ ਹੀ ਹਾਂ ਸਾਂਭ ਕੇ ਰੱਖੀ ਹੁਣ ਇਹਨੂੰ ਆਹੋ ਸਾਂਭਿਆ ਹੀ ਆ ਹੁਣ ਤੇ ਓਏ ਹੁਣ ਬਾਨੀਆਂ ਗੱਲਾਂ ਲੱਗਣਗੇ ਨਿਆਰੇ ਨਾਲ ਦੀ ਨਾ ਕਰਿਆ ਕਰਾਂਗੇ ਵੀਡੀਓ ਕਾਲ ਅੱਗੇ ਤੇ ਸਾਰੀ ਅੜਾੜ ਕੇ ਆਉਂਦੀ ਫੋਟੋ ਜੀ ਹਾਂ ਉਹ ਨੈਸ਼ ਉਹ ਕਿੱਥੇ ਆ ਆਵੇ ਤਰਿਆ ਆਉਂਦਾ ਉਹ ਇੱਧਰ ਉੱਧਰ ਪੈ ਲੋ ਜੋ ਉਹ ਜੋ ਜੋ ਕਲੈਣਾ ਵੇਖਦਾ ਲਵੇ ਉੱਥੇ ਨੂੰ ਕੀ ਸਾਥ ਨਹੀਂ ਸੜ ਬਲਿਆ
ਅੱਜਕੱਲ ਹੱਥ ਦੇ ਹੱਥ ਮਾਰ ਕੇ ਫੋਨ ਖੋਲ ਨਹੀਂ ਦੇ ਲੋਕੀ ਨਾ ਮੇਰਾ ਵੀਰ ਪਾਸੇ ਹੋ ਗਏ ਉਹ ਮੈਨੂੰ ਵੀ ਲੈ ਜਾ ਭਾਪੇ ਨੇ ਮਾਰ ਦੇਣਾ ਓ ਭਰਾਵਾ ਓਹੋ ਵੇਖਿਆ ਮੈਂ ਸੱਚ ਹੀ ਕਹਿੰਦਾ ਵਾ ਲੋਕਾਂ ਨੂੰ ਮੈਂ ਪਹਿਲਾਂ ਗਾਹ ਕਰਦਾ ਰਹਿੰਦਾ ਧਿਆਨ ਨਾ ਮੇਰਾ ਵੀਰ ਆ ਜੈਕ ਜੁੱਕ ਦਾ ਨਹੀਂ ਭਰੋਸਾ ਅੱਜਕੱਲ ਉਹ ਨਹਿਰੀ ਦਾ ਬੇੜਾ ਬਹਿ ਉਹ ਇੱਧਰ ਹੋਰ ਕੰਮ ਕਰ ਗਿਆ ਜੀ।